ਅੱਲਾ ਫਰਮਾਉਂਦਾ ਹੈ ਆਪਣੇ ਵਾਲਦੈਨ ਨਾਲ ਹੁਸਨੇ ਸਲੂਕ ਕਰਿਆ ਜੇ ਵਬਿਲ ਵਾਲਦੈਨ ਇਹਸਾਨ ਆ ਆਪਣੇ ਵਾਲਦੈਨ ਨਾਲ ਹੁਸਨੇ ਸਲੂਕ ਕਰਿਆ ਜੇ ਪਹਿਲੀ ਜਿਹੜੀ ਗੱਲ ਹੈ ਫਰਮਾਇਆ ਵਕਦਾ ਰੱਬੂ ਕਾ ਅੱਲਾ ਤਾਬੁਦੂ ਫਰਮਾਇਆ ਇਬਾਦਤ ਮੇਰੀ ਕਰਿਆ ਜੇ ਮੇਰੇ ਤੋਂ ਇਲਾਵਾ ਕਿਸੇ ਦੀ ਇਬਾਦਤ ਨਹੀਂ ਕਰਨੀ ਔਰ ਦੂਸਰਾ ਫਰਮਾਇਆ ਵਬਿਲ ਵਾਲਦੈਨ ਇਹਸਾਨ ਆ ਆਪਣੇ ਵਾਲਦੈਨ ਨਾਲ ਤੁਸਾਂ ਇਹਸਾਨ ਕਰਨਾ ਹੈ ਹੁਸਨੇ ਸਲੂਕ ਕਰਨਾ ਹੈ ਕੀ ਕਰਨਾ ਹੈ ਉੱਚੀ ਬੋਲੋ ਕੀ ਕਰਨਾ ਹੈ ਹੁਸਨੇ ਸਲੂਕ ਕਰਨਾ ਹੈ ਵਾਲਦੈਨ ਨਾਲ ਇਹਸਾਨ ਕਰਨਾ ਹੈ ਅਦਰਾਤ ਵਜੋ ਜਾਣਾ ਕੁਰਾਨ ਪਾਕ ਦਾ ਮੁਤਾਲਿਆ ਕਰੋ ਅੱਲਾ ਨੇ ਅਜ਼ਮਤ ਤੇ ਵਾਲਦੈਨ ਦੇ ਹਵਾਲਾ ਦੇ ਨਾਲ ਕੁਰਾਨ ਕਰੀਮ ਅੰਦਰ ਬਾਰਹਾਂ ਦਫ਼ਾ ਐਲਾਨ ਫਰਮਾਇਆ ਕਿਸੇ ਮੁਕਾਮ ਤੇ ਫਰਮਾਇਆ ਅਨਿਸ਼ਕੁਰਲੀ ਵਾਲੀ ਵਾਲੀ ਦਈ ਫਰਮਾਇਆ ਮੇਰਾ ਵੀ ਸ਼ੁਕਰੀਆ ਅਦਾ ਕਰ ਤੇ ਆਪਣੇ ਵਾਲਦੈਨ ਦਾ ਵੀ ਸ਼ੁਕਰੀਆ ਅਦਾ ਕਰ ਕਿਸੇ ਮੁਕਾਮ ਤੇ ਫਰਮਾਇਆ ਵਾਇਜ਼ ਅਖਜ਼ਨਾ ਮੀਸਾ ਕਾ ਬਨੀ ਇਸਰਾਇਲ ਅੱਲਾ ਤਾਬੁਦੂਨ ਇਲਾਹ ਵਬਿਲ ਵਾਲਦੈਨ ਇਹਸਾਨਾ ਇੱਥੇ ਵੀ ਫਰਮਾਇਆ ਕਿ ਅਸਾਂ ਬਨੀ ਇਸਰਾਇਲ ਨੂੰ ਆਖਿਆ ਕਿ ਯਾਦ ਕਰੋ ਅਸਾਂ ਬਨੀ ਇਸਰਾਇਲ ਅਲੈ ਸਲਾਮ ਨੂੰ ਆਖਿਆ ਕਿ ਇਬਾਦਤ ਤੁਸਾਂ ਮੇਰੀ ਕਰਨੀ ਹੈ ਅੱਗੇ ਫਰਮਾਇਆ ਲਾ ਤਾਬੁਦੂਨ ਇਲਾਹ ਅੱਲਾ ਦੇ ਸਿਵਾ ਕਿਸੇ ਦੀ ਇਬਾਦਤ ਨਹੀਂ ਕਰਨੀ ਔਰ ਦੂਸਰਾ ਫਰਮਾਇਆ ਵਬਿਲ ਵਾਲਦੈਨ ਇਹਸਾਨ ਆ ਆਪਣੇ ਵਾਲਦੈਨ ਨਾਲ ਤੁਸਾਂ ਹੁਸਨੇ ਸਲੂਕ ਕਰਨਾ ਔਰ ਅੱਗੇ ਫਰਮਾਇਆ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਇੱਥੇ ਵੀ ਵਾਲਦੈਨ ਦਾ ਤਸਕਰਾ ਬਿਆਨ ਕੀਤਾ ਅੱਛਾ ਕੁਰਾਨ ਕਰੀਮ ਦੇ ਅੰਦਰ ਅੱਜ ਮੈਂ ਜਿਹੜਾ ਮੌਜੂ ਬਿਆਨ ਕਰਨਾ ਇਨਸ਼ਾਅੱਲਾ ਇੱਕ ਦੋ ਬਾਤ ਬਾਪ ਦੀ ਸ਼ਾਨ ਦੇ ਹਵਾਲਾ ਦੇ ਨਾਲ ਔਰ ਇੱਕ ਗੱਲ ਮਾਂ ਦੀ ਸ਼ਾਨ ਦੇ ਹਵਾਲਾ ਨਾਲ ਤੁਹਾਡੇ ਕੋਲ ਸ਼ੁਰੂਆਤ ਕਰਨੀ ਹੈ ਅੱਲਾ ਤਾਲਾ ਹੱਕ ਬਿਆਨੀ ਦੀ ਔਰ ਇਸ 'ਤੇ ਅਮਲ ਪੈਰਾ ਹੋਣ ਦੀ ਤੋਫੀਕ ਅਤਾ ਫਰਮਾਏ ਮਾਂ ਦੀ ਤਾਂ ਬੜੀ ਸ਼ਾਨ ਸੁਣਨੇ ਹਾਂ ਮਾਂ ਦਾ ਬੜਾ ਮਕਾਮ ਸੁਣਨੇ ਹਾਂ ਅਕਸਰ ਅਸੀਂ ਉਲਮਾ ਕੁਲ ਇਹ ਮਾਂ ਦਾ ਮਕਾਮ ਤਾਂ ਬੜਾ ਸੁਣਨੇ ਹਾਂ ਲੇਕਿਨ ਬਾਪ ਦੀ ਸ਼ਾਨ ਘੱਟ ਹੀ ਕੋਈ ਬਿਆਨ ਕਰਦਾ ਇਨਸ਼ਾਅੱਲਾ ਅੱਜ ਬਾਪ ਦੀ ਸ਼ਾਨ ਦੇ ਹਵਾਲਾ ਦੇ ਨਾਲ ਚੰਦ ਸਾਰੀਆਂ ਮਰੂਜ਼ਾਤ ਤੁਸਾਂ ਨੇ ਇੱਕ ਲੋਕਾਂ ਦੇ ਜ਼ਿਹਨ ਨਸ਼ੀਨ ਕਰਨੀਆਂ ਨੇ ਅੱਲਾ ਤਾਲਾ ਹੱਕ ਬਿਆਨੀ ਦੀ ਔਰ ਇਸ 'ਤੇ ਅਮਲ ਪੈਰਾ ਹੋਣ ਦੀ ਤੋਫੀਕ ਅਤਾ ਫਰਮਾਏ ਅਦਰਾ ਤਵੱਜੋ ਤੋਂ ਤਾਲਿਬਾਂ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੇ ਗੁਲਾਮੋ ਮਾਂ ਦੀਆਂ ਕਦਮਾਂ ਥੱਲੇ ਰੱਬ ਨੇ ਕੀ ਰੱਖੀਏ ਜੰਨਤ ਕੀ ਰੱਖੀਏ ਸਾਰੇ ਬੋਲੋ ਕੀ ਰੱਖੀਏ ਜੰਨਤ ਰੱਖੀਏ ਉਸ ਜੰਨਤ ਦੇ ਅੱਠ ਦਰਵਾਜ਼ੇ ਨੇ ਉਹਨਾਂ ਅੱਠਾਂ ਦਰਵਾਜ਼ਿਆਂ ਦੇ ਵਿੱਚੋਂ ਜਿਹੜਾ ਦਰਮਿਆਨੀ ਦਰਵਾਜ਼ਾ ਹੈ ਉਹ ਕੌਣ ਹੈ ਉੱਚੀ ਬੋਲੋ ਨਾ ਕੌਣ ਹੈ ਉਹ ਬਾਪ ਹੈ ਹਜ਼ੂਰ ਨੇ ਫਰਮਾਇਆ ਕਿ ਮਾਂ ਦੀਆਂ ਕਦਮਾਂ ਥੱਲੇ ਰੱਬ ਨੇ ਜੰਨਤ ਰੱਖੀਏ ਔਰ ਬਾਪ ਜੰਨਤ ਦਾ ਦਰਮਿਆਨੀ ਦਰਵਾਜ਼ਾ ਹੈ ਔਰ ਹਜ਼ੂਰ ਫਰਮਾਉਂਦੇ ਨੇ ਕਿ ਜਿਹੜਾ ਬਾਪ ਦੀ ਮੁਹੱਬਤ ਨੂੰ ਸੀਨੇ 'ਚ ਲੈ ਕੇ ਮਾਂ ਦੀਆਂ ਕਦਮਾਂ 'ਚ ਆ ਜਾਏਗਾ ਅੱਲਾ ਤਾਲਾ ਉਹਨੂੰ ਜੰਨਤ ਅਤਾ ਫਰਮਾਏਗਾ ਬਾਪ ਦੀ ਮੁਹੱਬਤ ਨੂੰ ਸੀਨੇ 'ਚ ਲੈ ਕੇ ਮਾਂ ਦੀਆਂ ਕਦਮਾਂ 'ਚ ਆ ਜਾਏਗਾ ਅੱਲਾ ਤਾਲਾ ਉਹਨੂੰ ਜੰਨਤ ਅਤਾ ਫਰਮਾਏਗਾ ਅਦਰਾਤ ਵਜੋਂ ਜਾਣਾ ਮੇਰੇ ਮੁਸਤਫਾ ਕਰੀਮ ਸਲਸਲਮ ਦੇ ਗੁਲਾਮੋ ਹਜ਼ੂਰ ਦੀ ਬਾਰਗਾਹ 'ਚ ਨਾ ਗੁਲਾਮ ਬੈਠੇ ਨੇ ਹਜ਼ੂਰ ਨੇ ਫਰਮਾਇਆ ਕਿ ਸਿਹਾਬਾ ਆਪਣੇ ਵਾਲਦੈਨ ਨਾਲ ਹੁਸਨੇ ਸਲੂਕ ਕਰਿਆ ਕਰੋ ਵਾਲਦੈਨ ਨਾਲ ਇਹਸਾਨ ਕਰਿਆ ਕਰੋ ਉਹਨਾਂ ਦੀ ਖਿਦਮਤ ਕਰਿਆ ਕਰੋ ਹਜ਼ੂਰ ਵਾਲਦੈਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਾਂ ਬਾਪ ਦਾ ਹੁਸਨੇ ਸਲੂਕ ਦਾ ਹੱਕਦਾਰ ਕੌਣ ਹੈ ਮਾਂ ਬਾਪ ਦੇ ਵਿੱਚੋਂ ਹਜ਼ੂਰ ਫਰਮਾਉਂਦੇ ਨੇ ਉਮੂ ਕਾ ਤੇਰੀ ਮਾਂ ਗੁਲਾਮ ਨੇ ਫਿਰ ਪੁੱਛਿਆ ਹਜ਼ੂਰ ਨੇ ਫਿਰ ਫਰਮਾਇਆ ਸੁਮਾ ਉਮੂ ਕਾ ਫਿਰ ਤੇਰੀ ਮਾਂ ਗੁਲਾਮ ਨੇ ਤੀਸਰੀ ਦਫ਼ਾ ਪੁੱਛਿਆ ਹਜ਼ੂਰ ਨੇ ਫਿਰ ਫਰਮਾਇਆ ਸੁਮਾ ਉਮੂ ਕਾ ਫਿਰ ਤੇਰੀ ਮਾਂ ਚੌਥੀ ਦਫ਼ਾ ਜਦੋਂ ਗੁਲਾਮ ਨੇ ਪੁੱਛਿਆ ਨਾ ਹਜ਼ੂਰ ਨੇ ਫਰਮਾਇਆ ਸੁਮਾ ਅਬੂ ਕਾ ਫਿਰ ਤੇਰਾ ਬਾਪ ਤਰੇ ਦਰਜੇ ਮਾਂ ਨੂੰ ਅਤਾ ਫਰਮਾਏ ਇੱਕ ਦਰਜਾ ਬਾਪ ਨੂੰ ਅਤਾ ਫਰਮਾਇਆ ਔਰ ਹਜ਼ੂਰ ਨੇ ਫਰਮਾਇਆ ਕਿ ਜਿਹੜਾ ਬਾਪ ਦੀ ਮੁਹੱਬਤ ਨੂੰ ਸੀਨੇ 'ਚ ਲੈ ਕੇ ਮਾਂ ਦੀਆਂ ਕਦਮਾਂ 'ਚ ਆ ਜਾਏਗਾ ਅੱਲਾ ਤਾਲਾ ਉਹਨੂੰ ਜੰਨਤ ਅਤਾ ਫਰਮਾਏਗਾ ਅੱਲਾ ਤਾਲਾ ਉਹਨੂੰ ਜੰਨਤ ਅਤਾ ਫਰਮਾਏਗਾ ਅਦਰਾਤ ਵਜੋਂ ਜਾਣਾ ਅੱਜ ਮੈਂ ਤੁਸੀਂ ਮਾਂ ਦੇ ਨਾਲ ਤੇ ਬੜਾ ਪਿਆਰ ਕਰਨੇ ਆ ਮਾਂ ਦੇ ਪੈਰ ਧੋ ਧੋ ਕੇ ਪੀਨੇ ਆ ਉਹ ਸਜਣਾ
ਕਦੇ ਉਸ ਪਿਓ ਦੇ ਵੀ ਪੈਰ ਧੋ ਕੇ ਪੀਆ ਕਰ, ਉਹ ਜਿੰਨੇ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਸਾਰੀ ਜ਼ਿੰਦਗੀ ਮਿਹਨਤ ਮੁਸ਼ਕਤਾਂ ਕਰਕੇ ਤੈਨੂੰ ਪ੍ਰਵਾਨ ਚੜ੍ਹਾਇਆ ਤੇ ਅੱਜ ਤੂੰ ਪ੍ਰਵਾਨ ਚੜ੍ਹ ਗਿਆ ਤੇ ਅੱਜ ਤੂੰ ਆਪਣੀ ਗਾੜੀ ਖਰੀਦ ਕੇ ਉਹਦੇ ਮਗਰ ਲਿਖਣਾ, ਇਹ ਸਭ ਮੇਰੀ ਮਾਂ ਕੀ ਦੁਆ ਹੈ। ਉਹ ਚੱਲਿਆ ਤੈਨੂੰ ਕੀ ਪਤਾ ਹੋਵੇ, ਤੈਨੂੰ ਪ੍ਰਵਾਨ ਚੜ੍ਹਾਉਣ ਵਿੱਚ ਤੇਰੇ ਬਾਪ ਦਾ ਕਿੰਨਾ ਕਿਰਦਾਰ ਹੈ, ਤੇਰੇ ਬਾਪ ਦੀ ਕਿੰਨੀ ਮਿਹਨਤ ਹੈ ਤੇਰੇ ਮਗਰ। ਬੜੀਆਂ ਮਿਹਨਤਾਂ ਮੁਸ਼ਕਤਾਂ ਬਰਦਾਸ਼ਤ ਕਰਕੇ, ਧੁੱਪਾਂ ਬਰਦਾਸ਼ਤ ਕਰਦੇ, ਤੇਰੇ ਬਾਪ ਨੇ ਤੈਨੂੰ ਪਾਲਿਆ ਪੋਸਿਆ ਜਵਾਨ ਕੀਤਾ, ਅੱਜ ਤੂੰ ਆਨਾ ਇਹ ਸਭ ਮੇਰੀ ਮਾਂ ਕੀ ਦੁਆ ਹੈ। ਹਾਂ, ਤੇਰੀ ਮਾਂ ਦੀ ਦੁਆ ਵੀ ਜ਼ਰੂਰ ਹੈ, ਲੇਕਿਨ ਉਸ ਤੇਰੇ ਬੁੱਢੇ ਬਾਪ ਦੀ ਮਿਹਨਤ ਦਾ ਕਮਾਲ ਹੈ, ਉਹ ਜਿਹਨੇ ਸਾਰਾ ਸਾਰਾ ਦਿਨ ਧੁੱਪੇ ਖਲੋ ਕੇ ਤੇਰੇ ਵਾਸਤੇ ਮਿਹਨਤ ਮਜ਼ਦੂਰੀ ਕਰਕੇ, ਉਹ ਤੇਰਾ ਉਹ ਬਾਪ ਉਹ ਜਿਹਨੇ ਤੇਰਾ ਰੋਣਾ ਨਹੀਂ ਵੇਖਿਆ, ਉਹ ਰੋਣਾ ਬਰਦਾਸ਼ਤ ਨਹੀਂ ਕੀਤਾ, ਸਾਰੀ ਸਾਰੀ ਰਾਤ ਤੇਰੇ ਸਰਾਣੀ ਬਹਿ ਰਹਿੰਦਾ, ਤੂੰ ਰੋਣਾ ਤੇ ਤੇਰਾ ਬਾਪ ਵੀ ਰੋਂਦਾ, ਤੂੰ ਹੱਸਣਾ ਤੇ ਤੇਰਾ ਬਾਪ ਵੀ ਹੱਸਦਾ, ਤੇਰੇ ਮਗਰ ਤੇਰੇ ਬਾਪ ਦੀਆਂ ਬੜੀਆਂ ਮਿਹਨਤਾਂ ਮੁਸ਼ਕਤਾਂ ਨੇ। ਅਦਰਾਤ ਗਿਰਾਮੀ ਤੇਰਾ ਤਵੱਜੋ ਚਾਹਨਾ, ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ, ਮਦੀਨਾ ਸ਼ਰੀਫ ਹਜ਼ੂਰ ਜਦੋਂ ਹਿਜਰਤ ਕਰਕੇ ਤਸ਼ਰੀਫ ਲਿਆਏ ਨਾ, ਆਓ ਮੈਂ ਬਾਪ ਦੀ ਅਜ਼ਮਤ ਬਿਆਨ ਕਰਨ ਲੱਗਾ। ਹਜ਼ੂਰ ਜਦੋਂ ਹਿਜਰਤ ਫਰਮਾ ਕੇ ਮਦੀਨਾ ਸ਼ਰੀਫ ਆਏ, ਮੁਲਕ ਸ਼ਾਮ ਦਾ ਇੱਕ ਬਾਸੀ ਹੈ, ਹਜ਼ੂਰ ਦਾ ਗੁਲਾਮ ਹੈ, ਉਹਨੇ ਕਲਮਾ ਹਜ਼ੂਰ ਦਾ ਪੜ੍ਹਿਆ ਲੇਕਿਨ ਹਜ਼ੂਰ ਦੀ ਜ਼ਿਆਰਤ ਨਹੀਂ ਕੀਤੀ। ਉਹਨੂੰ ਪਤਾ ਚੱਲਿਆ ਕਿ ਹਜ਼ੂਰ ਮਦੀਨਾ ਸ਼ਰੀਫ ਦੇ ਅੰਦਰ ਤਸ਼ਰੀਫ ਲਿਆਏ ਨੇ। ਉਹ ਗੁਲਾਮ ਮੁਲਕ ਸ਼ਾਮ ਜੋ ਸਫ਼ਰ ਕਰਦਾ ਹੋਇਆ ਉਹ ਮਦੀਨਾ ਸ਼ਰੀਫ ਦੇ ਅੰਦਰ ਆ ਗਿਆ। ਅੱਛਾ, ਜਦੋਂ ਮਦੀਨਾ ਸ਼ਰੀਫ ਦਾ ਨਾਂ ਆਵੇ ਨਾ, ਗੁਲਾਮਾਂ ਦੇ ਚਿਹਰਿਆਂ ਤੇ ਨਾ ਮੁਸਕਰਾਹਟ ਆ ਜਾਂਦੀ ਹੈ, ਅੱਖੀਆਂ ਚਤਰੂ ਜਾਰੀ ਹੋ ਜਾਂਦੇ ਨੇ। ਪਤਾ ਕਿਉਂ? ਹਰ ਬੰਦੇ ਦੇ ਦਿਲ ਦੀ ਤੜਪ ਹੈ, ਮੈਂ ਵੀ ਮਦੀਨੇ ਜਾਵਾਂ, ਮੈਂ ਵੀ ਮਦੀਨੇ ਜਾਵਾਂ। ਅਦਰਾਤ ਵਜੋਂ ਜਾਣਾ, ਉਹ ਗੁਲਾਮ ਚੱਲਦਾ ਚੱਲਦਾ ਮਦੀਨਾ ਸ਼ਰੀਫ ਦੇ ਅੰਦਰ ਆ ਗਿਆ। ਜਦੋਂ ਮਦੀਨਾ ਸ਼ਰੀਫ ਦੀਆਂ ਗਲੀਆਂ 'ਚ ਵੜਿਆ ਨਾ, ਤੇ ਉਹ ਮਦੀਨੇ ਦੀਆਂ ਦਰੋ ਦੀਵਾਰਾਂ ਉਹਨਾਂ ਨੂੰ ਪਿਆ ਚੁੰਮਦਾ, ਤੇ ਛੋਟੇ ਛੋਟੇ ਬੱਚੇ ਜਿਹੜੇ ਰਸਤੇ ਵਿੱਚ ਪਏ ਖੇਡਦੇ ਨੇ ਉਹਨਾਂ ਬੱਚਿਆਂ ਨਾਲ ਪਿਆਰ ਕਰਦਾ, ਤੇ ਪਿਆਰ ਕਰਕੇ ਆਉਂਦਾ, ਕਿੱਡੇ ਖੁਸ਼ ਨਸੀਬ ਹੋ ਮੇਰੇ ਆਕਾ ਦੇ ਸ਼ਹਿਰ 'ਚ ਵੱਸਦੇ ਹੋ, ਰੋਜ਼ਾਨਾ ਮੇਰੇ ਯਾਰ ਦੇ ਚਿਹਰੇ ਦੀ ਜ਼ਿਆਰਤ ਕਰਦੇ ਹੋ, ਹਜ਼ੂਰ ਦੇ ਹੁਸਨੋ ਜਮਾਲ ਨੂੰ ਵੇਂਦੇ ਹੋ। ਇਹਦੀ ਤਰਜਮਾਨੀ ਹਜ਼ਰਤ ਮੀਆਂ ਮੁਹੰਮਦ ਬਖਸ਼ ਖੜੀ ਦੇ ਤਾਜਦਾਰ ਨੇ ਆਪਣੀ ਜ਼ੁਬਾਨ ਵਿੱਚ ਕਰਕੇ ਆਖੀਏ, ਕਾਲੇ ਕੁੰਡਲ ਇਹ ਜ਼ੁਲਫ ਮਗੀ ਦੇ ਤੇ ਤਾਪ ਚਲੇ ਹੁਣ ਕਿਹੜਾ, ਕੁੰਡਲ ਤੇ ਜ਼ੁਲਫ ਮਗੀ ਦੇ ਤੇ ਤਾਬ ਚਲੇ ਗੁਣ ਕਿਹੜਾ, ਅੱਖ ਅੰਦਰ ਅੱਖ ਪਾਓ ਮੁਹੰਮਦ ਤੇ ਲੁੱਟ ਖੜਿਆ ਦਿਲ ਮੇਰਾ। ਉਹ ਗੁਲਾਮ ਚੱਲਦਾ ਚੱਲਦਾ ਇੱਧਰ ਮਦੀਨਾ ਸ਼ਰੀਫ ਦੀਆਂ ਗਲੀਆਂ 'ਚ ਆ ਜਾਂਦਾ ਹੈ। ਜਦੋਂ ਮਦੀਨਾ ਸ਼ਰੀਫ ਦੀਆਂ ਗਲੀਆਂ 'ਚ ਆਉਂਦਾ ਹੈ ਉਹਨਾਂ ਬੱਚਿਆਂ ਨਾਲ ਪਿਆਰ ਕਰਦਾ ਹੈ। ਇੱਧਰ ਜਦੋਂ ਮਸਜਿਦ ਨਬਵੀ ਸ਼ਰੀਫ ਦੇ ਦਰਵਾਜ਼ੇ ਦੇ ਕਰੀਬ ਆ ਜਾਂਦਾ ਹੈ, ਆ ਕੇ ਮਦੀਨਾ ਸ਼ਰੀਫ ਦੇ ਮਸਜਿਦ ਨਬਵੀ ਸ਼ਰੀਫ ਦੇ ਸਾਹਮਣੇ ਆ ਜਾਂਦਾ ਹੈ, ਆ ਕੇ ਆਉਂਦਾ ਹੈ, ਅਸਲਾਮ ਅਲੈਕਾ ਯਾ ਰਸੂਲ ਅੱਲਾ, ਤੁਸੀਂ ਵੀ ਕਹਿ ਲਓ ਅਸਲਾਮ ਅਲੈਕਾ ਯਾ ਰਸੂਲ ਅੱਲਾ। ਮੇਰੇ ਨਬੀ ਕਰੀਮ ਨੇ ਜਵਾਬ ਇਰਸ਼ਾਦ ਫਰਮਾਇਆ, ਹਜ਼ੂਰ ਨੇ ਫਰਮਾਇਆ, ਗੁਲਾਮਾ ਮੇਰੇ ਕਰੀਬ ਆ ਜਾ। ਉਹ ਗੁਲਾਮ ਹਜ਼ੂਰ ਦੇ ਕਰੀਬ ਆ ਗਿਆ, ਹਜ਼ੂਰ ਨੇ ਫਰਮਾਇਆ, ਤੂੰ ਕੌਣ ਹੈ? ਆਂਦਾ ਹਜ਼ੂਰ ਮੈਂ ਤੁਹਾਡਾ ਗੁਲਾਮ ਹਾਂ, ਹਜ਼ੂਰ ਮੈਂ ਤੁਹਾਡਾ ਕਲਮਾ ਪੜ੍ਹਿਆ, ਹਜ਼ੂਰ ਮੈਂ ਤੁਹਾਡਾ ਗੁਲਾਮ ਹਾਂ। ਹਜ਼ੂਰ ਨੇ ਫਰਮਾਇਆ, ਕਿੱਥੋਂ ਆਏ? ਹਜ਼ੂਰ ਮੈਂ ਮੁਲਕੇ ਸ਼ਾਮ 'ਚੋਂ ਆਇਆ। ਮੇਰੇ ਨਬੀ ਕਰੀਮ ਦੀ ਬਾਰਗਾਹ 'ਚ ਆਂਦਾ, ਸੋਨਿਆ ਹਜ਼ੂਰ ਮੇਰੇ ਦਿਲ ਦੀ ਤਮੰਨਾ ਸੀ ਮੈਂ ਤੁਹਾਡਾ ਮੁਖੜਾ ਵੇਂਦਾ, ਤੁਹਾਡੀ ਜ਼ਿਆਰਤ ਕਰਦਾ। ਹਜ਼ੂਰ ਅੱਜ ਬੜਾ ਚਾ ਚੜਿਆ ਏ, ਮੈਂ ਤੁਹਾਡੀ ਜ਼ਿਆਰਤ ਕੀਤੀ ਏ। ਹਜ਼ਰਤ ਸੁਲਤਾਨੁੱਲਾ ਰਫੀ ਨੇ ਬੜੇ ਕਮਾਲ ਦੀ ਤਰਜਮਾਨੀ ਕਰਕੇ ਆਖੀਏ, ਹਜ਼ਰਤ ਸੁਲਤਾਨੁੱਲਾ ਰਫੀ ਨੇ ਕਿਆ ਖੂਬ ਆਖੀਏ, ਇਹ ਤਨ ਮੇਰਾ
मुर्शद वेख नरजा उनुलु दे मुंड लख लख चश्मे लोलो दे मुंड लख लख चश्मे एक खोला एक कह जा ऊपर इतना डिठिया मिनो सब रिनाया वे होर किदे वल बजा ऊपर सिद्धा दीदार या बाहू मिनो लख करोड़ा हजा हजूर दी बारगज गुलामां दे सोनिया लजपाला मैं रुबाना रब दी खबीबा सोनिया हजूर मैं मुल्क शाम चो आया मैं सफर करदा करदा थुआड़ी बारगाह च आया हजूर ने फरमाया जिदू तू अपने घर विच आया तेरे घर दे की हालात सन हजूर ने फरमाया तेरे वालदैन जिंदा ने हजूर मेरी मां भी जिंदा है मेरा बाप भी जिंदा है हजूर जिदू मैं अपने घर दे विच टुरिया मेरी मां वडेरी मेरा बाप वडेरा हजूर मेरा बाप आंदे ओए पुत्रा ना जावी जे तू टुर गया तेरा बाप हो सकता है मगरू दुनिया तो चला जाए तेरी मां दुनिया तो चली जाए हजूर फरमांदे ने ओए गुलामा जा वापस चला जा या रसूल अल्लाह मैं तुआडे कोल रहना तुआडी खिदमत करके हजूर तुहानू राजी करना है हजूर ने फरमाया ओए गुलामा जा जा के अपने मां बाप की खिदमत करया कर अपने बाप की खिदमत करया कर अपनी मां की खिदमत करया कर जे तेरा बाप तेरे ते राजी हो गया समझी मदीने वाला भी राजी हो गया है हजूर ने फरमाया जा वापस चला जा गुलाम दिया अखियां च थ्रू निकल आए गुलाम रोण लग पिया सोनिया हजूर मैं ते सुनना सा तुसी लजपालो अज पता चलिया है ए सोनिया तुसी वाकई बड़े लजपालो हजूर फरमांदे ने जा गुलामा अपनी मां दी खिदमत कर अपने पुट्टे बाप दी खिदमत कर जे तेरे बाप तेरे ते राजी ने मदीने वाला भी राजी है अरशां वाला भी राजी है मियां साहब रहमतुल्लाह अलैह फरमांदे ने पाप मरे ते ए मुख मापे जांदे अते वीर मरन कंड खाली मावा मरन मोहम्मद बख्शा कौन करे रखवाली अदरात अज भी बुढ़े बाप का तज़किरा आ जाए ना तो पुत्रां दियां अखियां नम हो जांदियां ने उन्हां दियां ओ जिन्हां नूं अपने बाप नाल मुहब्बत है बाप नाल प्यार है ओ गुलाम जिहड़ा ना वापस मुल्क शाम आ गया हजूर ने फरमाया जा अपने मापिया की खिदमत करया कर मापे राजी तो रब राजी मापे राजी तो मदीने वाला राजी उच्ची कह दो सुभान अल्लाह अल्लाह उपर तवज्जो चाहना अदरा तवज्जो मदीना शरीफ दियां गलियां आए हाय
ਇੱਥੋਂ ਮਦੀਨੇ ਦਾ ਬੁਲਾਵਾ ਆ ਜਾਏ ਤੇ ਮੈਂ ਤੁਸੀਂ ਫੁੱਲੇ ਨਹੀਂ ਸਵਾਉਂਦੇ ਤੇ ਜਿਹਨੂੰ ਹਜ਼ੂਰ ਦਾ ਪੈਗਾਮ ਗਿਆ ਹੋਵੇ। ਸੁਫੀ ਸਾਹਿਬ ਅੱਲਾ ਤੁਹਾਨੂੰ ਸਲਾਮ, ਇੱਥੇ ਕਰੀਬ ਆ ਜਾਓ, ਮੇਰੇ ਕੋਲ ਵਿਆਹ ਕਰੋ, ਤੁਸੀਂ ਬੰਦੇ ਬੜੇ ਮੁਹੱਬਤ ਵਾਲੇ ਹੋ, ਅੱਲਾ ਤੁਹਾਨੂੰ ਸਲਾਮਤ ਰੱਖੇ। ਅਦਰਾ ਤਵੱਜੋ ਚਾਹੁੰਦਾ, ਮਦੀਨੇ ਚ ਬੁਲਾਵਾ ਆ ਜਾਏ ਤੇ ਗੁਲਾਮ ਫੁੱਲਿਆ ਨਹੀਂ ਸਮਾਉਂਦਾ ਤੇ ਜਿਹਨੂੰ ਪੈਗਾਮ ਹੀ ਆਮਿਨਾ ਦੇ ਲਾਲ ਦਾ ਆਇਆ ਹੋਵੇ, ਜਿਹਨੂੰ ਆਮਿਨਾ ਦੇ ਲਾਲ ਦਾ ਪੈਗਾਮ ਆਇਆ ਹੋਵੇ, ਹਜ਼ੂਰ ਦੇ ਗੁਲਾਮ ਹਜ਼ੂਰ ਦੀ ਬਾਰਗ ਚ ਆਇਆ, ਹਜ਼ੂਰ ਮਿੰਬਰ ਤੇ ਬਹਿ ਕੇ ਖਿਤਾਬ ਕਰ ਰਹੇ ਨੇ, ਖਿਤਾਬ ਤੋਂ ਬਾਅਦ ਹਜ਼ੂਰ ਦੀ ਬਾਰਗ ਚ ਬਹਿ ਗਿਆ। ਕਹਿੰਦਾ ਸੋਹਣਿਆ, ਹਜ਼ੂਰ ਜੇ ਇਜਾਜ਼ਤ ਹੋਵੇ ਤੇ ਮੈਂ ਵੀ ਗੱਲ ਕਰਾਂ। ਹਜ਼ੂਰ ਨੇ ਫਰਮਾਇਆ, ਗੁਲਾਮ ਗੱਲ ਕਰ। ਹਜ਼ੂਰ ਮੈਂ ਤੁਹਾਡੀ ਬਾਰਗਾਹ 'ਚ ਆਪਣਾ ਮੁਕੱਦਮਾ ਲੈ ਕੇ ਆਇਆ ਹਾਂ। ਹਜ਼ੂਰ ਨੇ ਫਰਮਾਇਆ, ਮੁਕੱਦਮਾ ਕਿਹੜਾ? ਹਜ਼ੂਰ ਮੈਂ ਆਪਣੇ ਬਾਪ ਦਾ ਮੁਕੱਦਮਾ ਲੈ ਕੇ ਆਇਆ। ਇੰਨੀ ਗੱਲ ਕੀਤੀ, ਹਜ਼ੂਰ ਦੀਆਂ ਅੱਖੀਆਂ ਨਮ ਹੋ ਗਈਆਂ। ਹਜ਼ੂਰ ਨੇ ਫਰਮਾਇਆ, ਕਿਹੜਾ ਮੁਕੱਦਮਾ ਲੈ ਕੇ ਆਇਆ? ਕਹਿੰਦਾ, ਹਜ਼ੂਰ ਮੈਂ ਆਪਣੇ ਬਾਪ ਦੀ ਸ਼ਿਕਾਇਤ ਕਰਨ ਆਇਆ, ਮੈਂ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਨਾ, ਜੋ ਕਮਾ ਕੇ ਲਿਆਉਣਾ ਆਪਣੇ ਬਾਪ ਦੀ ਤਲੀ ਤੇ ਰੱਖਣਾ, ਜਦੋਂ ਮਹੀਨੇ ਬਾਅਦ ਹੀ ਹਫ਼ਤੇ ਬਾਅਦ ਆਪਣੇ ਬਾਪ ਨੂੰ ਪੁੱਛਣਾ, ਮੇਰਾ ਕਮਾਇਆ ਹੋਇਆ ਮਾਲ ਕਿੱਥੇ ਵੇ? ਹਜ਼ੂਰ ਮੇਰਾ ਬਾਪ ਕਹਿੰਦਾ, ਉਹ ਤਾਂ ਮੈਂ ਖਰਚ ਕਰ ਦਿੱਤਾ। ਹਜ਼ੂਰ ਮੇਰੇ ਬਾਪ ਨੂੰ ਬੁਲਾਓ, ਉਹਨੂੰ ਸਮਝਾਓ। ਜਦੋਂ ਹਜ਼ੂਰ ਦੀ ਬਾਰਗਾਹ 'ਚ ਗੁਲਾਮ ਨੇ ਸ਼ਿਕਾਇਤ ਕੀਤੀ ਨਾ, ਹਜ਼ੂਰ ਦੀਆਂ ਅੱਖੀਆਂ ਨਮ ਹੋ ਗਈਆਂ। ਹਜ਼ੂਰ ਨੇ ਫਰਮਾਇਆ, ਸਿਆਬਾ ਤੁਹਾਡੇ ਵਿੱਚੋਂ ਕਿਸੇ ਗੁਲਾਮ ਨੂੰ ਇਹਦੇ ਬਾਪ ਦੇ ਘਰ ਦਾ ਪਤਾ? ਇੱਕ ਸਿਆਬੀ ਖੜਾ ਆ, ਹਜ਼ੂਰ ਮੈਨੂੰ ਪਤਾ ਇਹਦੇ ਬਾਪ ਦੇ ਘਰ ਦਾ, ਹਜ਼ੂਰ ਮੈਨੂੰ ਇਹਦੇ ਇਲਾਕੇ ਦਾ ਪਤਾ ਕਿੱਥੋਂ ਦਾ? ਹਜ਼ੂਰ ਨੇ ਫਰਮਾਇਆ, ਜਾ ਇਹਦੇ ਬਾਪ ਨੂੰ ਬੁਲਾ ਕੇ ਲਿਆ। ਇੱਧਰੋਂ ਹਜ਼ੂਰ ਦਾ ਬੁਲਾਵਾ ਗਿਆ, ਜਦੋਂ ਜਾ ਕੇ ਨਾ ਉਸ ਗੁਲਾਮ ਨੇ ਹਜ਼ੂਰ ਦਾ ਪੈਗਾਮ ਸੁਣਾਇਆ, ਉਹਦਾ ਬਾਪ ਜਿਹੜਾ ਨਾ ਬੁੱਢਾ ਬਾਪ ਸੀ, ਉਹਦੀ ਕਮਰ ਵੀ ਝੁੱਕ ਗਈ ਹੈ, ਲਾਠੀ ਦਾ ਸਹਾਰਾ ਲੈ ਕੇ ਹਜ਼ੂਰ ਦੀ ਬਾਰਗਾਹ 'ਚ ਲਗਾਉਂਦਾ, ਉਹਨੂੰ ਬੜੇ ਚਾਹ ਚੜੇ, ਓਏ ਮੈਨੂੰ ਹਜ਼ੂਰ ਦਾ ਪੈਗਾਮ ਆਇਆ, ਹਜ਼ੂਰ ਦਾ ਪੈਗਾਮ ਆਇਆ। ਅੱਛਾ, ਉਹ ਸਿਆਬੀ ਨੂੰ ਪੁੱਛਦਾ, ਨਾਲੇ ਇਹ ਦੱਸ, ਖੈਰ ਆ ਜੋ ਹਜ਼ੂਰ ਦਾ ਬੁਲਾਵਾ ਆਇਆ ਕਿਵੇਂ ਆਇਆ? ਉੱਚੀ ਕਹਿ ਦੋ ਸੁਭਾਨ ਅੱਲਾਹ, ਹਜ਼ੂਰ ਦਾ ਪੈਗਾਮ ਆਇਆ ਤੇ ਦੱਸ ਖੈਰ ਆ? ਉਹਨੇ ਗੁਲਾਮ ਨੇ ਦੱਸਿਆ ਕਿ ਹਜ਼ੂਰ ਦੀ ਬਾਰਗਾਹ 'ਚ ਕਚਹਿਰੀ ਲੱਗੀ ਹੈ, ਤੇਰੇ ਪੁੱਤਰ ਨੇ ਹਜ਼ੂਰ ਦੀ ਬਾਰਗਾਹ 'ਚ ਮੁਕੱਦਮਾ ਪੇਸ਼ ਕੀਤਾ। ਉਹ ਆਂਦਾ, ਮੇਰਾ ਬਾਪ ਜਿਹੜਾ ਨਾ ਮੇਰਾ ਕਮਾਇਆ ਹੋਇਆ ਮਾਲ ਖਾ ਜਾਂਦਾ, ਹਜ਼ੂਰ ਉਹਨੂੰ ਬੁਲਾਓ, ਉਹਨੂੰ ਸਮਝਾਓ, ਉਹ ਮੇਰਾ ਮਾਲ ਹੈ। ਇੰਨੀ ਗੱਲ ਸੁਣੀ ਨਾ, ਬੁੱਢੇ ਬਾਪ ਦੀਆਂ ਅੱਖੀਆਂ ਨਮ ਹੋ ਗਈਆਂ, ਬਾਪ ਰੋਣ ਲੱਗ ਪਿਆ। ਓਏ ਬਾਪ ਤੇ ਬਾਪ ਹੁੰਦਾ ਨਾ, ਉਹ ਜਿਹੜਾ ਸਾਰੀ ਜ਼ਿੰਦਗੀ ਮਿਹਨਤ ਔਲਾਦ ਵਾਸਤੇ ਕਰਦਾ, ਉਹ ਜਿਹਨੇ ਸਾਰੀ ਜ਼ਿੰਦਗੀ ਨਾ ਧੁੱਪਾਂ ਵੇਖੀਆਂ, ਨਾ ਸਰਦੀਆਂ ਵੇਖੀਆਂ, ਤਕਲੀਫਾਂ ਬਰਦਾਸ਼ਤ ਕਰਕੇ ਉਹਨੇ ਪੁੱਤਰ ਨੂੰ ਪ੍ਰਵਾਨ ਚੜ੍ਹਾਇਆ। ਓਏ ਅੱਜ ਜਦੋਂ ਪੁੱਤਰ ਜਵਾਨ ਹੋ ਜਾਏ ਨਾ, ਓਏ ਜਵਾਨ ਔਲਾਦ ਜਦੋਂ ਮਾਪਿਆਂ ਨੂੰ ਗੱਲ ਕਰੇ ਨਾ, ਮਾਪੇ ਜਿਉਂਦੇ ਹੀ ਮਰ ਜਾਂਦੇ ਨੇ। ਓਏ ਬੁੱਢਾ ਬਾਪ ਮਰ ਜਾਂਦਾ, ਓਏ ਬੁੱਢੀ ਮਾਂ ਮਰ ਜਾਂਦੀ ਹੈ ਜਦੋਂ ਔਲਾਦ ਜ਼ਬਾਨ ਤੇ ਰਾਜ਼ੀ ਕਰੇ। ਹਜ਼ੂਰ ਦੀ ਬਾਰਗਾਹ 'ਚ ਪੈਗਾਮ ਆਇਆ ਤੇ ਰਸਤੇ ਵਿੱਚ ਨਾ ਅਰਬੀ ਦੇ ਸ਼ੇਰ ਪੜਦਾ ਹੁੰਦਾ ਤੇ ਨਾਲ ਰੋਂਦਾ ਹਜ਼ੂਰ ਦੀ ਬਾਰਗਾਹ 'ਚ ਲੱਗਾ ਹੁੰਦਾ। ਹਜ਼ੂਰ ਦੀ ਬਾਰਗਾਹ ਜਦੋਂ ਪਹੁੰਚਿਆ ਨਾ, ਮਸਜਿਦ ਨਬੀ ਸ਼ਰੀਫ ਅੰਦਰ ਦਾਖਲ ਹੋਇਆ ਤੇ ਸਾਹਮਣੇ ਉਹਨੇ ਵੇਖਿਆ ਕਿ ਹਜ਼ੂਰ ਤੇ ਸਿਹਾਬਾ ਦਾ ਜੁਰਮਟ ਹੈ, ਸਰਕਾਰ ਦੇ ਗੁਲਾਮ ਬੈਠੇ ਨੇ। ਇਹ ਹਜ਼ੂਰ ਦੀ ਬਾਰਗਾਹ 'ਚ ਆਇਆ, ਫੌਰਨ ਜਬਰੀਲੀ ਅਮੀਨ ਵੀ ਆ ਗਏ, ਆ ਕੇ ਉਹਨਾਂ ਨੂੰ ਸੁਣਿਆ, ਉਨੀ ਦੇਰ ਤੱਕ ਫੈਸਲਾ ਨਾ ਕਰਿਆ ਜੇ ਜਿੰਨੀ ਦੇਰ ਤੱਕ ਇਹਦੇ ਬਾਪ ਦੀ ਗੱਲ ਨਾ ਸੁਣਿਆ ਜੇ। ਹਜ਼ੂਰ ਦੀ ਬਾਰਗਾਹ ਜਦੋਂ ਗੁਲਾਮ ਪਹੁੰਚਿਆ ਨਾ, ਹਜ਼ੂਰ ਨੇ ਫਰਮਾਇਆ, ਗੁਲਾਮਾ ਦੱਸ ਰਸਤੇ ਵਿੱਚ ਕਿਹੜੀਆਂ ਗੱਲਾਂ ਕਰਦਾ ਉਹਨਾਂ ਸੈ? ਗੁਲਾਮ ਆਂਦਾ, ਸੁਣਿਆ ਮੰਨ ਗਿਆ, ਤੁਸੀਂ ਵਾਕਈ ਅੱਲਾਹ ਦੇ ਸੱਚੇ ਰਸੂਲ ਹੋ। ਹਜ਼ੂਰ ਉਹ ਲਫ਼ਜ਼ ਤੇ ਅਜੇ ਮੈਂ ਜ਼ੁਬਾਨ ਤੇ ਨਹੀਂ ਲਿਆਉਂਦਾ, ਤੁਹਾਨੂੰ ਕਿਵੇਂ ਪਤਾ ਚੱਲਿਆ? ਹਜ਼ੂਰ ਫਰਮਾਉਂਦੇ ਨੇ, ਮੈਨੂੰ ਜਬਰੀਲ ਨੇ ਆ ਕੇ ਦੱਸਿਆ। ਹਜ਼ੂਰ ਨੇ ਫਰਮਾਇਆ, ਗੁਲਾਮਾਂ ਰਸਤੇ ਵਿੱਚ ਕਿਹੜੀਆਂ ਗੱਲਾਂ ਕਰਦਾ ਆ ਉਹਨਾਂ ਸੈ? ਉਹ ਗੁਲਾਮ ਦੇ ਸੋਹਣਿਆ, ਹਜ਼ੂਰ ਮੈਂ ਰਸਤੇ ਵਿੱਚ ਰੋਂਦਾ ਆ ਰਿਹਾ ਸਾਂ, ਆਪਣੇ ਦਿਲ ਦੇ ਨਾਲ ਗੱਲਾਂ ਕਰਦਾ ਆ ਰਿਹਾ ਸਾਂ, ਹਜ਼ੂਰ ਤੁਹਾਡੀ ਬਾਰਗਾਹ ਦੇ ਅੰਦਰ ਮੇਰੀ ਇਹਨੇ ਸ਼ਿਕਾਇਤ ਕਰ ਦਿੱਤੀ ਹੈ, ਹਜ਼ੂਰ ਮੇਰਾ ਬੜਾ ਦਿਲ ਦੁਖੀ ਆਏ, ਹਜ਼ੂਰ ਮੈਨੂੰ ਬੜੀ ਤਕਲੀਫ ਹੋਈ ਹੈ, ਹਜ਼ੂਰ ਇਹਨੇ ਤੁਹਾਡੀ ਬਾਰਗਾਹ 'ਚ ਸ਼ਿਕਾਇਤ ਕਰ ਦਿੱਤੀ ਹੈ। ਹਜ਼ੂਰ ਨੇ ਫਰਮਾਇਆ, ਗੁਲਾਮਾਂ
दस रस्ते विच केड़ियां गल्लां करदा आ रिहा सी। ओ गुलाम दे सोनिया हजूर मैं जदू जवान होया, हजूर मैं शादी दे काबल होया, हजूर जदू मेरी शादी हो गई, हजूर मैं अल्लाह दी बारगाह च दुआ कीती, या अल्लाह मैनू पुत्र अता कर। अल्लाह ने मैनू ए पुत्र अता कीता, हजूर जदू अल्लाह ने पुत्र अता कीता, हजूर इनू मैं चुक के अपनी गोद विच लियांदा, हजूर इंज लगा जिवें मैं ही आ, मैनू एदे विचों अपनी तस्वीर नजर आई, हजूर इनू मैं गोद विच उठाया, उठा के हजूर मैं एदे नाल प्यार करना शुरू कर दिता, हजूर एदे रुखसार चुम रहा, हजूर एदे नाल प्यार कर रहा, हजूर फिर मैं एदे ते मेहनत करदा रहा, मुशक्कतां करके इनू पाल पोस के जवान कीता। हजूर जदू ए जवान हो गया, हजूर अज कमाण दे काबल हो गया, हजूर जदू कमाण दे काबल होया, हजूर एदा माल जड़ा कमा के लियांदा, हजूर मैं खर्च कर देना, खर्च करन तो बाद जदू ए पुछदे ओ माल ते मैं खर्च कर देना वा, पर सोनिया इनू ए ते पुछो ना एदा माल जेड़ा मैं किथे खर्च करना, हजूर एदियां पुफियां ते बैणा घरां विच आउंदियां ने, हजूर जो देंदे हजूर तुहाडा फरमान है, अपनियां बैणा नूं घरां चों खाली ना टोरिया करो, अपनियां बेटियां नूं खाली ना टोरिया करो, हजूर जो देंदे मैं एदियां बैणा ते पुफियां नूं दे देना। हजूर इनू ए पुछो अज एदे माल दी ते इनू बड़ी तकलीफ है, पर इनू ए ते पुछो सोनिया जदू ए छोटा सी हजूर मैं मेहनत मुशक्कत करदा रहा, हजूर इनू पालदा रहा, हजूर ए ते मगर मेरिया बड़िया मेहनत जे ए रातां नू बीमार हो जांदा सी, सारी सारी रात मैं एदे सराणी बै रहिंदा सां, हजूर ए हसदा सी मैं हसदा सां, हजूर ए रोंदा सी मैं भी रोना सा, हजूर अज बड़ी तकलीफ हुई है, मेरे पुत्र ने तुहाडी बारगाह च मेरी शिकायत कर दी थी है। अल्लाह दे नबी भी रोण लग पे, सिखाबा दियां चीखां निकल गईयां, सिखाबियां सिस्टियां मार मार के परांदे ने, ओए मदीने दी तरह दीवार भी रोण लग पई है, जदों गुलाम दी गल हजूर ने सुनी है हजूर दियां अखियां नम हो गईयां, सिखाबा फरमांदे ने हजूर भी जारो जार परांदे ने, ओ गुलाम हजूर दी बारगाह जेरा शिकायत करन आया ओ भी जारो कतार पिया रोंदे, सिखाबा दियां सिस्कियां बज रहियां ने, मियां साहब रहमतुल्लाह अलैह फरमांदे ने दुखिए दी गल ए दुखिया जाने, खबरां ओ यार जिना दे मौत ने मारे ते रोंदे तक तक खबरां, ए यार जिना दे मौत ने मारे ते रोंदे तक तक खबरां, अल्लाह अकबर लबैक या रसूल अल्लाह, लबैक या रसूल अल्लाह, लबैक उची बोलो लबैक 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 या रसूल अल्लाह, लबैक 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 नारा रिसाल। ओ गुलाम हजूर दी बारगाह च ना जेड़ा शिकायत करन आया, आंदा सुनिया इनू पुछो, हजूर ने जदों गुलाम दी सारी गल सुन ली,
ਅਦਰਾਤੇ ਗ੍ਰਾਮੀ ਅਦਰਾ ਤਵੱਜੋ ਸਨ ਹਜ਼ੂਰ ਨੇ ਜਦੋਂ ਸਾਰੀ ਗੁਲਾਮ ਦੀ ਗੱਲ ਸੁਣੀ ਮੇਰੇ ਨਬੀ ਦੀਆਂ ਅੱਖੀਆਂ ਨਮ ਹੋ ਗਈਆਂ ਹਜ਼ੂਰ ਦਾ ਇੱਕ ਇੱਕ ਗੁਲਾਮ ਜ਼ਾਰੋ ਕਤਾਰ ਪਿਆ ਰੋਂਦਾ ਹਜ਼ੂਰ ਨੇ ਫਰਮਾਇਆ ਓਏ ਗੁਲਾਮਾ ਮੇਰੇ ਕਰੀਬ ਆ ਜਾ ਹਜ਼ੂਰ ਨੇ ਉਹਦੇ ਬਾਪ ਨੂੰ ਕਰੀਬ ਬੁਲਾਇਆ ਹਜ਼ੂਰ ਨੇ ਬੁਲਾ ਕੇ ਸੀਨੇ ਲਾ ਲਿਆ ਸੀਨੇ ਲਾ ਕੇ ਫਰਮਾਇਆ ਬਾਪ ਨੂੰ ਫਰਮਾਇਆ ਚੁੱਪ ਕਰ ਜਾਓ ਨਾਲ ਹੀ ਉਹਦੇ ਪੁੱਤਰ ਨੂੰ ਹਜ਼ੂਰ ਨੇ ਗਿਰੇਬਾਨ ਤੋਂ ਫੜਿਆ ਇੱਕ ਰਵਾਇਤ ਦੇ ਅੰਦਰ ਆਉਂਦੇ ਹਜ਼ੂਰ ਨੇ ਉਹਨੂੰ ਮੁੱਕਾ ਸੀਨੇ ਤੇ ਮਾਰਿਆ ਇੱਕ ਰਵਾਇਤ ਦੇ ਅੰਦਰ ਆਉਂਦੇ ਹਜ਼ੂਰ ਨੇ ਉਹਦੀ ਗਰਦਨ ਤੋਂ ਫੜਿਆ ਹਜ਼ੂਰ ਨੇ ਫੜ ਕੇ ਫਰਮਾਇਆ ਓਏ ਗੁਲਾਮਾ ਸੁਣ ਲੈ ਅੱਜ ਤੋਂ ਬਾਅਦ ਤੂੰ ਵੀ ਆਪਣੇ ਬਾਪ ਦਾ ਏ ਤੇਰਾ ਕਮਾਇਆ ਹੋਇਆ ਮਾਲ ਵੀ ਤੇਰੇ ਬਾਬੇ ਦਾ ਹੀ ਏ ਹਜ਼ੂਰ ਨੇ ਫੈਸਲਾ ਫਰਮਾ ਦਿੱਤਾ ਅਦਰਾਤੇ ਗ੍ਰਾਮੀ ਦੇ ਰੱਥ ਵਜੋ ਜਨ ਇਹ ਗੁਲਾਮ ਦਾ ਤੋਵਾਂ ਦਾ ਫੈਸਲਾ ਹੋ ਗਿਆ ਉੱਠ ਕੇ ਚਲੇ ਗਏ ਚੰਦ ਦਿਨਾਂ ਤੋਂ ਬਾਅਦ ਸਿਖਾਬਾ ਨਬੀ ਕਰੀਮ ਦੀ ਬਾਰ ਕੱਛੀ ਆਏ ਆ ਕੇ ਆਉਂਦੇ ਨੇ ਸੁਣਿਆ ਉਹ ਗੁਲਾਮ ਜਿਹੜਾ ਆਪਣੇ ਬਾਪ ਦੀ ਸ਼ਿਕਾਇਤ ਕਰਨ ਆਇਆ ਸੀ ਹਜ਼ੂਰ ਅੱਜ ਆਪਣੇ ਘਰ ਦੇ ਅੰਦਰ ਬਹਿ ਕੇ ਜ਼ਾਰੋ ਕਤਾਰ ਪਿਆ ਰੋਂਦਾ ਸੀ ਹਜ਼ੂਰ ਨੇ ਫਰਮਾਇਆ ਕਿਉਂ ਰੋਂਦਾ ਏ ਜਾਓ ਉਹਨੂੰ ਬੁਲਾ ਕੇ ਲਿਆਓ ਉਸ ਗੁਲਾਮ ਨੂੰ ਬੁਲਾ ਕੇ ਲਿਆਂਗਾ ਹਜ਼ੂਰ ਨੇ ਫਰਮਾਇਆ ਗੁਲਾਮਾ ਰੋਣ ਦੀ ਵਜ੍ਹਾ ਕੀ ਹੈ ਗੁਲਾਮ ਦੇ ਸੁਣਿਆ ਅੱਜ ਮੇਰਾ ਬਾਪ ਦੁਨੀਆ ਤੋਂ ਚਲਾ ਗਿਆ ਏ ਮੇਰੀ ਦੁਨੀਆ ਹੀ ਉਜੜ ਗਈ ਏ ਮੇਰੀ ਦੁਨੀਆ ਹੀ ਉਜੜ ਗਈ ਏ ਸੁਣਿਆ ਮੇਰੀਆਂ ਬਹਾਰਾਂ ਉਜੜ ਗਈਆਂ ਨੇ ਸੁਣਿਆ ਅੱਜ ਮੇਰੇ ਸਿਰ ਦਾ ਸਾਈਂ ਦੁਨੀਆ ਤੋਂ ਚਲਾ ਗਿਆ ਏ ਸੁਣਿਆ ਅੱਜ ਬਾਪ ਦੀ ਕਦਰ ਦਾ ਪਤਾ ਚੱਲਿਆ ਏ ਬਾਪ ਦੀ ਕੀ ਕਦਰ ਆਉਂਦੀ ਏ ਹਜ਼ੂਰ ਬਾਪ ਦਾ ਕੀ ਕਦਰ ਕਦਰੋ ਸ਼ਾਨ ਆਉਂਦੀ ਏ ਹਜ਼ੂਰ ਨੇ ਫਰਮਾਇਆ ਓਏ ਗੁਲਾਮਾ ਤੇਰੇ ਬਾਪ ਦਾ ਵਿਸਾਲ ਹੋ ਗਿਆ ਏ ਹਾਂ ਹਜ਼ੂਰ ਬਾਪ ਦਾ ਵਿਸਾਲ ਹੋ ਗਿਆ ਏ ਹਜ਼ੂਰ ਨੇ ਫਰਮਾਇਆ ਓਏ ਗੁਲਾਮਾ ਚੁੱਪ ਕਰ ਜਾ ਆਪਣੇ ਬਾਪ ਦੀ ਕਬਰ ਤੇ ਜਾਇਆ ਕਰ ਬਾਪ ਦੇ ਕਬਰ ਦੀ ਜ਼ਿਆਰਤ ਕਰਿਆ ਕਰ ਅੱਲਾ ਤਾਲਾ ਤੈਨੂੰ ਵੀ ਅਜਰ ਅਤਾ ਫਰਮਾਏਗਾ ਤੇਰੇ ਬਾਪ ਨੂੰ ਵੀ ਅਜਰ ਅਤਾ ਫਰਮਾਏਗਾ ਹਜ਼ਰਾਤ ਗ੍ਰਾਮੀ ਇਹ ਫੈਸਲਾ ਹੋ ਗਿਆ ਇਹ ਤੇ ਬਾਪ ਦੀ ਮੈਂ ਗੱਲ ਪਿਆ ਕਰਨਾ ਆਓ ਇੱਕ ਬਾਪ ਹਜ਼ਰਤ ਯਕੂਬ ਅਲੈ ਸਲਾਮ ਹੈ ਇੱਕ ਬਾਪ ਹਜ਼ਰਤ ਯੂਸਫ ਅਲੈ ਸਲਾਮ ਹੈ ਇੱਧਰ ਵੀ ਬਾਪ ਹੈ ਤੇ ਉੱਧਰ ਵੀ ਬਾਪ ਹਜ਼ਰਤ ਯਕੂਬ ਅਲੈ ਸਲਾਮ ਦੀਗਰ ਜਿਤਨੇ ਵੀ ਬਾਈ ਨੇ ਨਾ ਹਜ਼ਰਤ ਯਕੂਬ ਅਲੈ ਸਲਾਮ ਨੂੰ ਆ ਕੇ ਆਉਂਦੇ ਨੇ ਅੱਬਾ ਜਾਨ ਸਾਨੂੰ ਇਜਾਜ਼ਤ ਦਿਓ ਅਸਾਂ ਸ਼ਿਕਾਰ ਕਰਨ ਜਾਣਾ ਹੈ ਪਰ ਮੈਂ ਪੁੱਤਰੋ ਜਾਓ ਮੈਂ ਤੁਹਾਨੂੰ ਇਜਾਜ਼ਤ ਦੇਣਾ ਜਾਓ ਸ਼ਿਕਾਰ ਕਰੋ ਅੱਬਾ ਜਾਨ ਅਸਾਂ ਇਕੱਲਿਆਂ ਨੇ ਜਾਣਾ ਅਸਾਂ ਯੂਸਫ ਨੂੰ ਵੀ ਨਾਲ ਲੈ ਕੇ ਜਾਣਾ ਇਹ ਭਰਾਵਾਂ ਦੀ ਸਾਜ਼ਿਸ਼ ਸੀ ਸੂਰਤ ਯੂਸਫ ਮੈਂ ਬਿਆਨ ਕਰਨ ਲੱਗਾ ਇਹ ਸੂਰਤ ਯੂਸਫ ਪੜ੍ਹੋ ਜਦੋਂ ਪੜ੍ਹੋਗੇ ਨਾ ਸਾਰਾ ਮੰਜ਼ਰ ਤੁਹਾਡੇ ਸਾਹਮਣੇ ਆ ਜਾਏਗਾ ਮੈਂ ਇੰਤਹਾਈ ਇਖਤਸਾਰ ਦੇ ਨਾਲ ਇਹ ਆਪਣੀ ਗੱਲ ਕਰਨ ਲੱਗਾ ਤਵੱਜੋ ਹਜ਼ਰਤ ਯਕੂਬ ਅਲੈ ਸਲਾਮ ਵੀ ਨਬੀ ਪੁੱਤਰ ਵੀ ਨਬੀ ਹਜ਼ਰਤ ਯਕੂਬ ਅਲੈ ਸਲਾਮ ਨੂੰ ਆਪਣੇ ਪੁੱਤਰ ਨਾਲ ਪਿਆਰ ਬੜਾ ਹੈ ਔਰ ਪਿਓ ਨੂੰ ਸਾਰੇ ਪੁੱਤਰਾਂ ਨਾਲ ਪਿਆਰ ਹੁੰਦਾ ਹੈ ਲੇਕਿਨ ਇੱਕ ਵਿੱਚੋਂ ਐਸਾ ਹੁੰਦਾ ਜਿਹਦੇ ਨਾਲ ਬਹੁਤਾ ਪਿਆਰ ਹੁੰਦਾ ਇਸ ਵਜ੍ਹਾ ਤੋਂ ਹੁੰਦਾ ਉਹ ਪੁੱਤਰ ਵੀ ਆਪਣੇ ਬਾਪ ਨਾਲ ਬਹੁਤਾ ਪਿਆਰ ਕਰਦਾ ਇਹ ਤੁਸੀਂ ਵੇਖਿਆ ਹੋਵੇਗਾ ਜਿਹਨਾਂ ਦੀ ਔਲਾਦ ਹੈ ਕਿ ਜਿਹੜਾ ਪੁੱਤਰ ਜ਼ਿਆਦਾ ਆਪਣੇ ਬਾਪ ਨਾਲ ਲਾਡ ਕਰੇ ਨਾ ਤੇ ਬਾਪ ਨੂੰ ਪੁੱਤਰ ਦੀਆਂ ਅਦਾਵਾਂ ਬੜੀਆਂ ਚੰਗੀਆਂ ਲੱਗਦੀਆਂ ਬਾਪ ਦਾ ਪਿਆਰ ਜਿਹੜਾ ਨਾ ਉਹ ਬੜਾ ਚੰਗਾ ਲੱਗਦਾ ਹੈ ਹਜ਼ਰਤ ਯਕੂਬ ਅਲੈ ਸਲਾਮ ਨੂੰ ਪੁੱਤਰ ਨਾਲ ਪਿਆਰ ਬੜਾ ਹੈ ਉਹਨਾਂ ਪੁੱਤਰਾਂ ਕਿ ਅੱਬਾ ਜੀ ਅਸਾਂ ਯੂਸਫ ਨੂੰ ਨਾਲ ਲੈ ਕੇ ਜਾਣਾ ਫਰਮਾਇਆ ਨਾ ਮੇਰੇ ਯੂਸਫ ਨੂੰ ਨਾ ਲੈ ਕੇ ਜਾਇਆ ਜੇ ਮੈਨੂੰ ਯੂਸਫ ਦੀ ਜੁਦਾਈ ਦਾ ਡਰ ਲੱਗਦਾ ਹੈ ਅੱਲਾ ਦੇ ਨਬੀ ਸਨ ਨਾ ਇਹਨਾਂ ਨੂੰ ਪਤਾ ਸੀ ਪੁੱਤਰਾਂ ਦੀ ਸਾਜ਼ਿਸ਼ ਦਾ ਪਤਾ ਸੀ ਫਰਮਾਇਆ ਨਾ ਪੁੱਤਰੋ ਮੈਨੂੰ ਡਰ ਲੱਗਦਾ ਕਿਧਰੇ ਮੇਰਾ ਯੂਸਫ ਮੇਰੇ ਤੋਂ ਜੁਦਾ ਨਾ ਹੋ ਜਾਏ ਮੈਨੂੰ ਡਰ ਲੱਗਦਾ ਮੀਆਂ ਸਾਹਿਬ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ ਸਿੱਖ ਪੁੱਤਰਾਂ ਦੀ ਇਹ ਡਾਡੀ ਹੋਦੀ ਇੱਥੇ ਕਹਿ ਗਏ ਨੀ ਲੋਕ ਸਿਆਣੇ ਇਹ ਮੇਵਾਤ ਨਬੀਆਂ ਮਗੇ ਕਰ ਕਰ ਉਜ਼ਾਰ ਬਖਾਨੇ ਇਹ ਮੇਵਾਤ ਇਹ ਮੇਵਾਤੇ ਨਬੀਆਂ ਮੰਗੇ ਯਾਰ
कर कर उजार बाबाने पाप भी नबी हजरत यूसुफ अलैहि सलाम पुत्र भी नबी ने हजरत यकूब अलैहि सलाम दे पुत्र याग आके यकूब अलैहि सलाम नु अर्द करदे ने अब्बा असां जंगल शिकार करन वास्ते जाना है फरमाया जाओ पुत्रो चले जाओ इधर जनाबे हजरत यकूब अलैहि सलाम दे पुत्र आंदे ने अब्बा जी असां वीर यूसुफ नु भी नाल लेके जाना है फरमाया ना पुत्रो मैनू यूसुफ दी जुदाई दा बड़ा डर लगदा है इधर हजरत यूसुफ अलैहि सलाम नु जदों यकूब ने वेख्या हजरत यकूब दियां अखियां नम हो जांदियां ने हजरत यकूब अलैहि सलाम पुत्र नु सीने ला लैंदे ने सीने ला के फरमांदे ने फरमाया जाओ पुत्र चले जाओ पर मैं यूसुफ नु नहीं जान देना इधर हजरत यकूब अलैहि सलाम दे पुत्र ने इशरार कीता फरमाया अब्बा जी साडा वीर असीं इहदा ख्याल रखांगे सानू नाल लैके जाण दिओ फरमाया जाओ पुत्रो लै जाओ पर मैं अल्लाह दा नबी हां मैनू यूसुफ दा बड़ा डर लगदा है इधर यूसुफ अलैहि सलाम नू तैयार कीता जा रिहा है हजरत यूसुफ अलैहि सलाम दी भैण भी आ जांदी है अपने वीर नू सीने ला लैंदी है सीने ला के यूसुफ नाल प्यार पे करदी है हजरत यकूब अलैहि सलाम ही अपने पुत्र नाल प्यार पे करदे ने ओ यकूब दे पुत्र यूसुफ नू नाल लैके जा रहे ने जदों जंगल बियाबान विच आ जांदे ने आ के यूसुफ अलैहि सलाम नू धक्के मारदे ने धक्के मार के यूसुफ अलैहि सलाम ही आंदे ने बड़ा अब्बे नाल प्यार करना से अज बुला अपने बाप यकूब नू तेरा बाप अज तेनू बुला अज तेनू बचाण वास्ते आ जाए हजरत यूसुफ अलैहि सलाम ने जदों परावां दी बेवफाई वेखी ते रो के आंदे ने अज वेखो मेरे नाल जिहड़ा बाप दे सामने एडे प्यार ते लाड पे करदे सन अज मैनू धक्के पे मारदे ने अज मैनू तकलीफां पे देंदे ने हजरत यूसुफ अलैहि सलाम रो के आंदे ने अब्बा जिहड़े भरा तेरे सामने एडा प्यार पे करदे सन अज मैनू तकलीफां पे देंदे नी अज धक्के मार मार के आंदे ने बाप नू बुला अपने बाप यकूब नू बुला उहनां भरावां ने हजरत यूसुफ अलैहि सलाम नू एक खूह दे अंदर सुट दित्ता हजरत यूसुफ अलैहि सलाम जदों खूह विच आए ने दास्तान बड़ी तवील है हजरत यूसुफ अलैहि सलाम जदों मिस्र दे बाजारां विच आ गए मिस्र दे बाजारां विच आए ने हजरत यूसुफ अलैहि सलाम दी बोली पई लगदी है उधर हजरत यकूब अलैहि सलाम दे पुत्र आ गए आके यकूब अलैहि सलाम नू आंदे ने अब्बा जी ऐ कमीज यूसुफ दी लैके आया तुहाडे यूसुफ नू बेड़िया खा गया है असा यूसुफ नू बड़ी बचाण दी कोशिश कीती है मगर उस बेड़िए ने यूसुफ नू खा दिता है हजरत यकूब अलैहि सलाम दी अखियां नम हो जांदियां ने पुत्र दी जुदाई विच रो रो के यूसुफ दी हजरत यकूब अलैहि सलाम दी अखियां चलियां जांदियां ने रो के फरमांदे ने दसो मेरा यूसुफ किथे जे दसो मेरा यूसुफ दसो मेरा यूसुफ किथे जे हजरत यकूब अलैहि सलाम ने गल कीती फरमाया मैनू सच्चे दसो मेरा यूसुफ किथे छड आए हो हजरत यूसुफ अलैहि सलाम दी इधर मिस्र दे बाजारां च बोली पी लगदी है लोग यूसुफ दी बोली पे लांदे ने आखिर यूसुफ अलैहि सलाम दी अटियां ते बोली पी लगदी है यूसुफ अलैहि सलाम रो के फरमांदे ने ओए मेरी बोली अटियां ते लाण आलियो मेरी कीमत अटियां ते लाण आलियो जे अगर मेरी कीमत पुछना चाहंदे हो मेरे बाप यकूब नु पुछ के वेखो मेरी कीमत पुछना चाहंदे हो मेरी
ਭੋਲੀ ਕੀਮਤ ਪੁੱਛਣਾ ਚਾਹੁੰਦੇ ਹੋ ਮੇਰੇ ਬਾਪ ਯਕੂਬ ਨੂੰ ਪੁੱਛੋ। ਉਹ ਯੂਸਫ ਅਲੈ ਸਲਾਮ ਜਿਹੜੇ ਆਪਣੇ ਬਾਪ ਨਾਲ ਬੜਾ ਪਿਆਰ ਕਰਦੇ ਨੇ, ਜਦੋਂ ਯੂਸਫ ਅਲੈ ਸਲਾਮ ਇਸ ਇਮਤਿਹਾਨ ਵਿੱਚੋਂ ਗੁਜ਼ਰੇ ਨੇ, ਅੱਲਾ ਨੇ ਬਾਪ ਦੀ ਦੁਆ ਦੀ ਵਜ੍ਹਾ ਤੋਂ ਯੂਸਫ ਅਲੈ ਸਲਾਮ ਨੂੰ ਤਖ਼ਤ ਅਤਾ ਫਰਮਾਇਆ। ਉਹ ਯੂਸਫ ਅਲੈ ਸਲਾਮ ਜਦੋਂ ਤਖ਼ਤ ਤੇ ਬੈਠੇ ਨੇ, ਜਨਾਬੇ ਯੂਸਫ ਅਲੈ ਸਲਾਮ ਦੇ ਉਹੀ ਵੀਰ ਹਜ਼ਰਤ ਯੂਸਫ ਅਲੈ ਸਲਾਮ ਦੇ ਕੋਲ ਆਏ ਨੇ। ਅੱਲਾਹੁ ਅਕਬਰ ਕਬੀਰਾ ਮੀਆਂ ਸਾਹਿਬ ਰਹਿਮਤੁਲਾਹ ਅਲੈ ਫਰਮਾਉਂਦੇ ਨੇ, ਬਾਪ ਮਰੇ ਤੇ ਸਿਰ ਨੰਗਾ ਹੋਵੇ ਅਤੇ ਵੀਰ ਮਰਨ ਕੰਡ ਖਾਲੀ, ਮਾਵਾਂ ਮਰਨ ਮੁਹੰਮਦ ਬਾਦਸ਼ਾਹ ਕੌਣ ਕਰੇ ਰਖਵਾਲੀ। ਉਹ ਲੈਣ ਵਾਲੀ ਦੀ ਬਾਰਗਾਹ ਦੇ ਅੰਦਰ ਇੱਕ ਗੁਲਾਮ ਆਇਆ, ਆ ਕੇ ਅਰਦ ਕਰਦਾ, ਕਮਲੀ ਵਾਲੀਆ ਹਜ਼ੂਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ। ਉਸ ਗੁਲਾਮ ਦਾ ਨਾਂ ਹੈ ਅਬੂ ਹੁਰੈਰਾ। ਅਬੂ ਹੁਰੈਰਾ ਅਰਦ ਕਰਦੇ ਨੇ, ਕਮਲੀ ਵਾਲੀਆ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾਂ। ਉਹ ਲੈਣ ਵਾਲੀ ਫਰਮਾਉਂਦੇ ਨੇ, ਫਰਮਾਇਆ ਦੱਸ ਅਬੂ ਹੁਰੈਰਾ ਕਿਹੜੀ ਗੱਲ ਕਰਨਾ ਚਾਹੁੰਦਾ ਏ। ਸੋਨਿਆ ਮੈਂ ਵੀ ਤੁਹਾਡਾ ਗੁਲਾਮ ਆ, ਮੈਂ ਤੁਹਾਡਾ ਕਲਮਾ ਪੜਿਆ ਏ, ਪਰ ਮੇਰੀ ਜਿਹੜੀ ਮਾਂ ਏ ਉਹ ਕਾਫਰ ਆਏ। ਹਜ਼ੂਰ ਜਦੋਂ ਮੈਂ ਤੁਹਾਡੀ ਬਾਰਗਾਹ 'ਚ ਆਉਣਾ ਵਾਂ, ਤੁਹਾਡੀ ਬਾਰਗਾਹ 'ਚ ਉੱਠ ਕੇ ਮੈਂ ਆਪਣੇ ਘਰ ਵਾਪਸ ਜਾਂਦਾ ਵਾਂ, ਹਜ਼ੂਰ ਮੇਰੀ ਮਾਂ ਮੇਲੇ ਚੱਲਣ ਦੇ ਕਦਮਾਂ ਦੀ ਆਹਟ ਆਵਾਜ਼ ਸੁਣ ਕੇ ਦਰਵਾਜ਼ਾ ਤੇ ਦਸਤਕ ਦੇ ਨਾਲ ਦਰਵਾਜ਼ਾ ਖੋਲਦੀ ਹੈ, ਪੁੱਛਦੀ ਹੈ ਕੌਣ ਏ। ਹਜ਼ੂਰ ਮੈਂ ਆਪਣਾ ਨਾਂ ਦੱਸਣਾ, ਹਜ਼ੂਰ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਹੈ, ਪੂਰਾ ਬਲਾ ਆਉਂਦੀ ਏ, ਨਾਲ ਮੇਰੀ ਮਾਂ ਪੁੱਛਦੀ ਹੈ ਕਿੱਥੋਂ ਆਇਆ ਏ। ਮੈਂ ਆਨਾ ਮੈਂ ਆਪਣੇ ਨਬੀ ਦੀ ਬਾਰਗਾਹ 'ਚੋਂ ਆਇਆ ਵਾਂ, ਹਜ਼ੂਰ ਮੇਰੀ ਮਾਂ ਤੁਹਾਨੂੰ ਵੀ ਗਾਲਾਂ ਕੱਢਦੀ ਏ, ਨਜ਼ੇਬਾ ਕਲਮਾਤ ਕਸਦੀ ਏ, ਪੂਰਾ ਬਲਾ ਆਉਂਦੀ ਏ। ਕੌਣ ਲੈਣ ਵਾਲੀ ਨੇ ਫਰਮਾਇਆ, ਫਰਮਾਇਆ ਪੂਰਾ ਉਹ ਮੈਨੂੰ ਬੁਰਾ ਬਲਾ ਤੇ ਗਾਲਾਂ ਕੱਢਦੀ ਹੈ। ਚਲੋ ਕੋਈ ਗੱਲ ਨਹੀਂ, ਫੇਰ ਵੀ ਉਹ ਤੇਰੀ ਮਾਂ ਹੈ, ਤੂੰ ਉਹਨੂੰ ਖੋਜ ਨਾ ਆਖੀ। ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਹੋ ਅਰਜ਼ ਕਰਦੇ ਨੇ, ਸੋਨਿਆ ਹਜ਼ੂਰ ਮੈਨੂੰ ਕੱਢਦੀ ਹੈ, ਮੈਂ ਬਰਦਾਸ਼ਤ ਕਰ ਲੈਣਾ, ਮੈਂ ਉਹਦਾ ਪੁੱਤਰ ਹਾਂ, ਉਹਦਾ ਜਾਇਆ ਵਾਂ, ਪਰ ਜਦੋਂ ਤੁਹਾਨੂੰ ਗਾਲਾਂ ਕੱਢਦੀ ਹੈ ਮੇਰੇ ਕੋਲ ਬਰਦਾਸ਼ਤ ਨਹੀਂ ਆਉਂਦਾ। ਹਜ਼ੂਰ ਨੇ ਫਰਮਾਇਆ ਮੈਨੂੰ ਕੱਢਦੀ ਹੈ ਕੋਈ ਗੱਲ ਨਹੀਂ, ਤੂੰ ਉਹਨੂੰ ਖੋਜਣਾ ਆਖੀ, ਉਹ ਤੇਰੀ ਮਾਂ ਜੋ ਲੱਗਦੀ ਏ। ਇਧਰ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨਹੁ ਹਜ਼ੂਰ ਦੀ ਬਾਰਗਾਹ 'ਚ ਜ਼ਾਰੋ ਕਤਾਰ ਰੋਣਾ ਸ਼ੁਰੂ ਕਰ ਦਿੱਤਾ। ਹਜ਼ੂਰ ਨੇ ਫਰਮਾਇਆ ਅਬੂ ਹੁਰੈਰਾ ਰੋਣ ਦੀ ਵਜ੍ਹਾ ਕੀ ਏ? ਅਬੂ ਹੁਰੈਰਾ ਰੋ ਕੇ ਅਰਦ ਕਰਦੇ ਨੇ, ਸੋਹਣਿਆ ਮੈਂ ਤੁਹਾਡਾ ਕਲਮਾ ਪੜਿਆ, ਮੈਂ ਤੁਹਾਡਾ ਗੁਲਾਮ, ਤੁਸੀਂ ਮੇਰੇ ਤੇ ਕਰਮ ਕੀਤਾ, ਇੱਕ ਹੋਰ ਕਰਮ ਕਰਿਆ ਜੇ ਸੋਹਣਿਆ ਮੇਰੀ ਮਾਂ ਵਾਸਤੇ ਦੁਆ ਕਰੋ, ਅੱਲਾ ਮੇਰੀ ਮਾਂ ਦੇ ਮੁਕੱਦਰ ਬਦਲ ਦੇ। ਇੱਧਰ ਮੇਰੇ ਨਬੀ ਨੇ ਯਦੁੱਲਾ ਦੇ ਗੋਰੇ ਘਰ ਹੱਥ ਉਠਾਏ ਨੇ, ਇੱਧਰ ਜਨਾਬ ਹਜ਼ਰਤ ਅਬੂ ਹੁਰੈਰਾ ਨੇ ਦੌੜ ਲਗਾ ਦਿੱਤੀ ਹੈ, ਪੈਰਾਂ 'ਚ ਜੁੱਤੀਆਂ ਵੀ ਨਹੀਂ ਪਾਈਆਂ, ਦੌੜਦੇ ਦੌੜਦੇ ਆਪਣੇ ਮਕਾਨ ਦੀ ਤਰਫ ਆ ਰਹੇ ਨੇ। ਰਸਤੇ ਦੇ ਅੰਦਰ ਪੀਰ ਬਾਈ ਮਿਲੇ ਨੇ, ਯਾਰ ਸੱਜਣ ਮਿਲੇ ਨੇ, ਉਹਨੇ ਆਖਿਆ ਅਬੂ ਹੁਰੈਰਾ ਅੱਜ ਕੀ ਗੱਲ ਏ, ਅੱਜ ਪੈਰਾਂ 'ਚ ਜੁੱਤੀ ਵੀ ਕੋਈ ਨਹੀਂ ਤੇ ਬੜੀ ਤੇਜ਼ੀ ਤੇਜ਼ੀ ਨਾਲ ਦੌੜ ਕੇ ਜਾ ਰਹੀਆਂ ਏ। ਆਂਦੇ ਅੱਜ ਮੈਂ ਵੇਖਾਂ ਤੇ ਸਹੀ, ਮੇਰੇ ਨਬੀ ਦੀ ਦੁਆ ਪਹਿਲਾਂ ਪਹੁੰਚਦੀ ਏ, ਯਾ ਮੈਂ ਪਹਿਲਾਂ ਪਹੁੰਚਣਾ ਵਾ। ਇੱਧਰ ਅਬੂ ਹੁਰੈਰਾ ਚਲਦੀਆਂ ਚਲਦੀਆਂ ਆਪਣੇ ਮਕਾਨ ਦੇ ਕਰੀਬ ਆ ਗਏ, ਜਦੋਂ ਆਪਣੇ ਮਕਾਨ ਦੇ ਕਰੀਬ ਆਏ ਨੇ, ਹਜ਼ਰਤ ਜਨਾਬ ਅਬੂ ਹੁਰੈਰਾ ਫਰਮਾਉਂਦੇ ਨੇ, ਮੈਂ ਦਰਵਾਜ਼ੇ ਤੇ ਦਸਤਕ ਦਿੱਤੀ ਏ, ਮੇਰੀ ਮਾਂ ਦੀ ਆਵਾਜ਼ ਆਈ ਏ, ਪੁੱਛਿਆ ਕੌਣ ਏ, ਅੱਜ ਕੀਤੀ ਅੰਮਾ ਤੇਰਾ ਅਬੂ ਹੁਰੈਰਾ ਆਇਆ ਏ। ਅਬੂ ਹੁਰੈਰਾ ਦੀ ਮਾਂ ਆਉਂਦੀ ਏ, ਸਦਕੇ ਜਾਵਾਂ ਮੈਂ ਕੁਰਬਾਨ ਜਾਵਾਂ, ਅੱਜ ਮੇਰਾ ਅਬੂ ਹੁਰੈਰਾ ਆਇਆ ਏ, ਤੇ ਨਾਲੇ ਕਿੱਥੋਂ ਆਏ, ਅੰਮਾ ਮੈਂ ਨਬੀ ਕਰੀਮ ਦੀ ਬਾਰਗਾਹ 'ਚੋਂ ਆਇਆ। ਫਰਮਾਇਆ ਤੇਰੇ ਨਬੀ ਤੋਂ ਸਦਕੇ ਜਾਵਾਂ, ਤੇਰੇ ਨਬੀ ਤੋਂ ਜਿੰਦ ਜਾਨ ਕੁਰਬਾਨ ਕਰਦੇ ਆਂ। ਹਜ਼ਰਤ ਅਬੂ ਹੁਰੈਰਾ ਫਰਮਾਉਂਦੇ ਨੇ, ਅੰਮਾ
पहला भी मैं आना सया के दरवाजा खड़कटाना अम्मा तू गाला कड़नी से मीनू ते मेरे नबी नू बुरा भला यानी अज मां वजह की है मारो की अर्द कर दी है की दसा शयोनी एथो माही लगे ते पैया राम दे ही उस तो मैं कुर्बान जावा जिद मोंडे कमली काली अबू हुरैरा फरमांदे ने मेरी मां ने आख्या अबू हुरैरा खड़ा हो जा मैं कुशल करना फिर दरवाजा खोलांगी अबू हुरैरा फरमांदे ने मैं दरवाजे ते खलो गया मेरी मां ने दरवाजा खोलिया दरवाजा खोलन तो पहला आख्या अबू हुरैरा मैं एक सवाल करनी हां मैनू जवाब दे फिर मैं दरवाजा खोलांगी अबू हुरैरा अर्द कर देंगे जी अम्मा हुक्म आवे फरमाया अबू हुरैरा मैं दरवाजा इस शरत खोलांगी मैनू अपने नबी दी बारगच ले जा मैं उस नबी दा कलमा पढ़ के ओदी गुलाम हो जावां अबू हुरैरा फरमांदे ने अम्मा मैं से इंतजार दे अंदर सा कदों ओ दिन आवे मैं अपनी मां नू नबी दी बारगच ले जावां अबू हुरैरा दी मां ने दरवाजा खोलिया जदों मां ने दरवाजा खोलिया अबू हुरैरा दी मां ने एक दुपट्टा सिर ते लिया है एक दुपट्टा हाथ विच फड़िया है हाथ फड़ च फड़ के आंदी अबू हुरैरा ऐ पटका लै इनू मेरे गल विच पा मैनू मुजरम बना के नबी करीम दी बारगच ले जा अबू हुरैरा अर्द कर देंगे अम्मा तरीख आखेगी अबू हुरैरा मां दा बेअदब ते गुस्ताख अम्मा जिस नबी दी बारगच जाने ओ ते नबी बड़ा आला है ओथे काफर आ जान ओथे दुश्मन आ जान ओ चादर बिछा देना है इधर अबू हुरैरा अपनी मां नू लै नाल लै के नबी करीम दी बारगच आ जांदे ने जदों कौन एंड वाली दी बारगच पहुंचदे ने हजूर दी बारगच अबू हुरैरा रो के अर्द करदे ने कमली वालिया हजूर मैं अपनी मां नू नाल लै के आया हूं हजूर मेरी मां तुहानू बुरा भला आंदी नज़ेबा कलमात कसदी हजूर मैनू माफ कर आ जाए मेरी मां नू माफ कर आ जाए फरमाया अबू हुरैरा मैं तेरी मां नू माफ कीता अबू हुरैरा दी मां ने नबी करीम सल्लल्लाहु अलैहि वसल्लम दा कलमा पढ़िया हजूर दा जदों कलमा पढ़ लिया है सरकार दा कलमा पढ़ के सरकार ने शिकवा नहीं कीता हजूर ने ए नहीं आखिया नी अम्मा तू ते काला कड़वी से तू मैनू बुरा भला आंदी से हजूर शिकवा नहीं कर दे हजूर एक इलाके दे नबी नहीं दो इलाकियां दे नबी नहीं त्रै इलाकियां दे नबी नहीं मेरे नबी ते सारे जहान वास्ते रहमत लिल आलमीन बन के आए ने उस बीबी ने जदों कलमा पढ़ लिया अबू हुरैरा दी मां ने कलमा पढ़ लिया मेरे नबी करीम दा हुस्न जमाल पई वेंदी है कौन एंदे वाली दा हुस्न पई वेंदी है ते नाल अबू हुरैरा रदी अल्लाह तआला हो फरमांदे ने मेरी मां यादी है सोणिया हुण मेरा दिल करदा है तेरा चेहरा होवे मेरी अखियों में मैं सारी जिंदगी जिन्नी भी उम्र रह गई है तेरा दीदार कर दी रहा शायर ने बड़े कमाल दी तर्जमानी करके आखी है दो घड़ियां रुक जाए तकदीर ओ सानू लगियां तोड़ निभाले एक दफा तुसी नहीं कह लो कोई जुबान खामोश ना रवे कैमरा मैन कैमरा फेर के इन्हां सारे बंदियां नू कैच करके कह लो हां तो घड़ियां ठहर जा तकदीर ए सानू लगियां तोड़ निभाले ने ते मैं खुद जाने हवाले कर दे सां मैं खुद जाने हवाले कर दे सां इस जान दे मालिक नू आले न
ਰਹਿਣ ਦੇ ਸਾਡਾ ਰਾਖਾ ਕਮਲੀ ਵਾਲਾ ਹੈ ਸਾਡਾ ਰਾਖਾ ਜਿਹਦਾ ਜਿਹਦਾ ਰਾਖਾ ਮੇਰਾ ਤੇ ਤੁਹਾਡਾ ਨਬੀ ਹੈ ਉਹ ਬੰਦਾ ਬੋਲ ਗਿਆ ਕਿ ਸਾਡਾ ਰਾਖਾ ਜਿਹਦਾ ਜਿਹਦਾ ਰਾਖਾ ਆਮੀਨਾ ਦਾ ਨਾਂ ਲੈ ਉਹ ਬੰਦਾ ਬੋਲ ਗਿਆ ਕਿ ਉਹ ਸਾਡਾ ਰਾਖਾ ਕਮਲੀ ਵਾਲਾ ਹੈ ਉਹ ਸਾਡਾ ਰਾਖਾ ਕਮਲੀ ਵਾਲਾ ਹੈ ਉਹ ਲਗੀਆਂ ਤੋੜ ਨਿਭਾ ਜਾਣ ਦੇ ਅਦਰਾਤ